ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ 'ਚ ਹੋਗੇ, ਤੰਦਰੁਸਤ ਹੋਗੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਹੋਗੇ। ਮੈਂ ਆਮ ਤੌਰ 'ਤੇ ਸਟੂਡੈਂਟਸ ਨੂੰ ਕਹਿੰਦੇ ਸੁਣਦਾ ਜੀ, ਸੈਮੀਨਾਰਸ ਦੇ ਵਿੱਚ ਵੀ ਸਟੂਡੈਂਟਸ ਨੂੰ ਮਿਲਿਆ, ਸਟੂਡੈਂਟ ਐਵ ਡਨ ਦਾ MBA ਐਂਡ ਉਹਦੇ ਬਾਅਦ 'ਚੋਂ ਕੋਰਸ ਉਹਨੇ ਚੂਜ਼ ਕੀਤਾ, ਫਿਰ ਦੁਬਾਰਾ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਕਰ ਸਕਦਾ। ਹਾਂ ਕਰ ਸਕਦਾ, ਕੋਰਸ ਚੋਣ ਕਰ ਸਕਦੇ ਕਿਉਂਕਿ ਅਪਲਾਈ ਕਰ ਸਕਦੇ ਹੋ। ਬਟ ਫਾਇਦਾ ਮਿਲੇਗਾ, ਫਿਊਚਰ ਆਊਟਕਮ ਮਿਲੇਗਾ ਕਿ ਨਹੀਂ ਮਿਲੇਗਾ, ਕਿ ਜੇ ਇੱਥੇ ਇੰਡੀਆ 'ਚ MBA ਕਰ ਲਈ, MCOM ਕਰ ਲਈ, ਇੱਥੇ ਨਹੀਂ ਮੈਨੂੰ ਉਸ ਚੀਜ਼ ਦਾ ਫਾਇਦਾ ਮਿਲਿਆ। ਔਰ ਮੈਂ ਅੱਜ ਕੋਰਸ ਚੂਜ਼ ਕਰ ਰਿਹਾ ਬੈਚਲਰ ਲੈਵਲ ਦਾ ਜਾਂ 12ਵੀਂ ਪਾਸ ਦੇ ਇਕਵੀਲੈਂਸੀ ਸਟੂਡੈਂਟ ਦਾ, ਫਰਕ ਕੀ ਰਹਿ ਗਿਆ? ਸੋ ਕੋਰਸ ਰੈਲੇਵੈਂਸੀ ਬਹੁਤ ਜ਼ਰੂਰੀ ਹੁੰਦੀ ਹੈ। ਵੀਜ਼ਾ ਆਫਿਸਰ ਨੇ ਕੀ ਚੀਜ਼ਾਂ ਦੇਖਣੀਆਂ? 3, ਬੈਕਗਰਾਊਂਡ ਆਫ ਦਾ ਸਟੂਡੈਂਟ, 2, ਕੋਰਸ ਰੈਲੇਵੈਂਸੀ ਐਂਡ ਦਾ 3, ਫਿਊਚਰ ਆਊਟਕਮ। ਸੋ ਅੱਜ ਮੈਂ ਗੱਲ ਕਰ ਰਿਹਾ ਸਟੂਡੈਂਟਸ ਬਾਰੇ ਜਿਨ੍ਹਾਂ ਨੇ BBA ਕੀਤੀ ਹੈ, MBA ਕੀਤੀ ਹੈ ਜਾਂ MCOM ਕੀਤੀ ਹੋਈ ਹੈ। 55% ਨੰਬਰ ਹੈ, 6 ਈਚ ਆਇਲਸ ਦੇ ਵਿੱਚ ਹੈ। ਐਂਡ ਜ਼ਿੰਦਗੀ ਦੇ ਵਿੱਚ ਅਸੀਂ ਆਮ ਤੌਰ 'ਤੇ ਸਟੂਡੈਂਟ ਸੁਣਦੇ ਦੇਖਦੇ ਹਾਂ ਕਿੱਥੇ ਕੰਮ ਕਰਨਾ, ਮੈਂ ਵੱਡੀ MNC 'ਚ ਕੰਮ ਕਰਨਾ। ਅੱਜ ਦਾ ਟੋਪਿਕ ਉਹਨਾਂ ਵਾਸਤੇ ਜਿਹੜੇ ਸਟੂਡੈਂਟ ਆਪਣਾ ਕਰੀਅਰ ਵੱਡੇ ਵੱਡੇ ਬ੍ਰਾਂਡਸ 'ਚ ਦੇਖਦੇ ਆ। ਅੱਜ ਦੀ ਡੇਟ 'ਚ ਕੋਈ ਵੀ ਵੱਡੀ ਕੰਪਨੀ ਤੁਸੀਂ ਚੱਕ ਲਓ, ਤੁਸੀਂ IT ਦੇ ਫੀਲਡ ਚੱਕ ਲਓ, ਤੁਸੀਂ ਟ੍ਰੇਡਿੰਗ ਚੱਕ ਲਓ, ਤੁਸੀਂ ਸਰਵਿਸ ਇੰਡਸਟਰੀ ਚੱਕ ਲਓ, ਤੁਸੀਂ ਕੋਈ ਵੀ ਬੈਂਕ ਚੱਕ ਲਓ, ਹਰ ਬੰਦਾ ਇੱਕ ਚੀਜ਼ ਦੇ ਉੱਤੇ ਕੰਮ ਜ਼ਰੂਰ ਕਰਦਾ ਹੈ। ਹਰ ਵੱਡੀ ਤੋਂ ਵੱਡੀ ਔਰ ਛੋਟੀ ਤੋਂ ਛੋਟੀ ਕੰਪਨੀ ਇੱਕ ਚੀਜ਼ 'ਤੇ ਕੰਮ ਜ਼ਰੂਰ ਕਰਦੀ ਹੈ, ਦੈਟ ਇਜ਼ ਦੇਅਰ ਬ੍ਰਾਂਡ ਮੈਨੇਜਮੈਂਟ। ਕਿ ਸਾਡੇ ਬ੍ਰਾਂਡ ਦੀ ਪੋਜੀਸ਼ਨਿੰਗ ਠੀਕ ਹੋਵੇ, ਸਾਡੇ ਬ੍ਰਾਂਡ ਲਈ ਮਾਰਕੀਟ ਰੀਸਰਚ ਚੰਗੀ ਹੋਈ ਹੋਵੇ, ਇਹਨੂੰ ਕੌਣ ਕਰਦੇ ਹੈ? ਸਾਰੇ ਲੋਕ ਆਖਿਰਕਾਰ ਤਾਂ ਉਹਨਾਂ ਦੇ ਇੰਪਲੋਈਸ ਕਰਦੇ ਹੈ। ਇਹਨੂੰ ਕਿਸ ਤਰੀਕੇ ਦਾ ਇੰਪਲੋਈ ਹੋ ਸਕਦਾ ਕਿ ਜਿਸਨੇ ਉਹ ਜਦੋਂ ਇੰਪਲੋਈ ਦੀ ਇੰਟਰਵਿਊ ਲੈਂਦੇ ਹੋਣਗੇ ਉਹ ਕੀ ਦੇਖਦੇ ਹੈ ਕਿ ਇਹਨੇ ਕੀ ਕੀਤਾ ਹੋਵੇ? ਸੋ ਜੇ ਤੁਸੀਂ ਆਪਣਾ ਫਿਊਚਰ ਦੇਖਦੇ ਹੋ ਕਿ ਤੁਸੀਂ ਬਹੁਤ ਵੱਡੀ ਕੰਪਨੀ ਦੇ ਵਿੱਚ, ਫੋਰ ਐਗਜ਼ਾਮਪਲ ਇੰਡਸਟਰੀਜ਼ ਦੀ ਅਸੀਂ ਗੱਲ ਕਰ ਲਈਏ, ਤੁਸੀਂ ਰਿਟੇਲ ਇੰਡਸਟਰੀ 'ਚ ਆਉਣਾ ਚਾਹੁੰਦੇ ਹੋ, ਤੁਸੀਂ ਸਰਵਿਸ ਇੰਡਸਟਰੀ 'ਚ ਆਉਣਾ ਚਾਹੁੰਦੇ ਹੋ, ਤੁਸੀਂ IT ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਹੋ, ਤੁਸੀਂ ਮੈਨੂਫੈਕਚਰਿੰਗ 'ਚ ਆਉਣਾ ਚਾਹੁੰਦੇ ਹੋ, ਤੁਸੀਂ ਮੀਡੀਆ ਦੇ ਵਿੱਚ ਆਉਣਾ ਚਾਹੁੰਦੇ ਹੋ, ਤੁਸੀਂ ਕਿਸੇ ਡਿਜੀਟਲ ਮਾਰਕੀਟਿੰਗ ਕਿਸੇ ਕੰਪਨੀ ਦੇ ਵਿੱਚ ਆਉਣਾ ਚਾਹੁੰਦੇ ਹੋ, ਐਂਡ ਉਹਨਾਂ ਲਈ ਚੰਗੀ ਰੀਸਰਚ ਐਂਡ ਉਹਨਾਂ ਦੇ ਬ੍ਰਾਂਡ ਲਈ ਕੰਮ ਕਰਨਾ ਚਾਹੁੰਦੇ ਹੋ ਕਿ ਉਹਨਾਂ ਦੇ ਬ੍ਰਾਂਡ ਨੂੰ ਵੈਲਿਊ ਮਿਲ ਸਕੇ, ਉਹਨਾਂ ਨੂੰ ਇਹ ਸੁਜੈਸ਼ਨ, ਇਹ ਐਡਵਾਈਸਿਸ ਦੇਣਾ ਚਾਹੁੰਦੇ ਹੋ ਕਿ ਇਹ ਬ੍ਰਾਂਡ ਲਈ ਕੀ ਠੀਕ ਹੈ ਔਰ ਕੀ ਠੀਕ ਨਹੀਂ ਹੈ, ਵਟ ਆਰ ਦਾ ਡੂਜ਼ ਐਂਡ ਡੋਨਟਸ। ਅਤੇ ਤੁਹਾਡੇ ਵਾਸਤੇ ਕੋਰਸ ਹੈਗਾ ਬ੍ਰਾਂਡ ਮੈਨੇਜਮੈਂਟ, ਐਂਡ ਬ੍ਰਾਂਡ ਮੈਨੇਜਮੈਂਟ ਕੋਰਸ ਜਨਵਰੀ ਇਨਟੇਕ ਵਾਸਤੇ, ਜਨਵਰੀ 2022 ਇਨਟੇਕ ਵਾਸਤੇ 2 ਕਾਲਜਿਸ ਦੇ ਵਿੱਚ ਇਸ ਵੇਲੇ ਅਵੇਲੇਬਲ ਹੈ, ਸੈਨਿਕਾ ਕਾਲਜ ਐਂਡ ਐਲਗਿਨਵਿਨ ਕਾਲਜ। $16,000 to $18,000 ਫੀਸ ਹੈ। ਸੋ ਜੇ ਤੁਸੀਂ ਆਪਣੇ ਦਿਮਾਗ ਸੋਚਦੇ ਹੋ ਅੱਜ ਤੁਸੀਂ ਆਪ ਬ੍ਰਾਂਡ ਕੌਨਸ਼ੀਅਸ ਹੋ ਅਤੇ ਤੁਸੀਂ ਇਹਨਾਂ ਕਿਸੇ ਵੀ ਫੀਲਡ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਔਨ ਦ ਬ੍ਰਾਂਡ ਮੈਨੇਜਮੈਂਟ, ਦ ਰਾਈਟ ਕੋਰਸ ਸਿਲੈਕਸ਼ਨ ਫੋਰ ਯੂ ਇਜ਼ ਬ੍ਰਾਂਡ ਮੈਨੇਜਮੈਂਟ, ਐਂਡ ਦ ਕ੍ਰਾਈਟੀਰੀਆ ਫੋਰ ਦੈਟ ਇਜ਼ ਤੁਹਾਡੇ ਕੋਲ BBA ਹੋਈ ਹੋਣੀ ਚਾਹੀਦੀ ਹੈ। BCOM ਵਾਲਾ ਵੀ ਅਪਲਾਈ ਕਰ ਸਕਦਾ, MCOM ਵਾਲਾ ਵੀ ਅਪਲਾਈ ਕਰ ਸਕਦਾ, ਔਰ MBA ਵਾਲਾ ਵੀ ਅਪਲਾਈ ਕਰ ਸਕਦਾ।